ਦੇ ਗੱਡੀ ਸਾਡੀ ਜਿਹੜੀ ਆ ਆਊਟ ਆਫ ਕੰਟਰੋਲ ਹੋ ਕੇ ਸਾਈਡ 'ਤੇ ਮਤਲਬ ਟਰਾਲੀ ਖੜੀ ਸੀ ਉਹਦੇ ਵਿੱਚ ਜਾ ਲੱਗੀ ਅਤੇ ਜਿਹਦੇ ਵਿੱਚ ਲੱਗਣ ਨਾਲ ਮਤਲਬ ਮੇਰੀ ਵਾਈਫ ਤਾਂ ਮਤਲਬ ਐਕਸਪਾਇਰ ਹੀ ਹੋ ਗਏ। ਅਤੇ ਜਿਹੜੇ ਮੇਰੇ ਦੋਨੇ ਬੱਚੀਆਂ ਵੈ ਦੋਨਾਂ ਦੀ ਮਤਲਬ ਲੱਤਾਂ ਦੀ ਹੱਡੀਆਂ ਟੁੱਟੀਆਂ ਸੀ ਦੋਨਾਂ ਦੀ ਲੱਤਾਂ ਦੇ ਵਿੱਚ ਮਤਲਬ ਰੋੜ ਪਈ ਹੈ ਅਤੇ ਛੋਟੀ ਬੇਟੀ ਦੇ ਮੇਰੀ ਬਾਂਹ ਦੇ ਵਿੱਚ ਵੀ ਇਹਦੀ ਬਾਂਹ ਦੇ ਵਿੱਚ ਵੀ ਰੋੜ ਪਈ ਸੀਗੀ। ਅਤੇ ਉਸ ਤੋਂ ਬਾਅਦ ਹੁਣ ਲਾ ਲਓ 6-7 ਮਹੀਨੇ ਹੋ ਗਏ ਹੈ ਅਤੇ ਮਤਲਬ ਬਸ ਬੱਚੀਆਂ ਹੁਣ ਬੈਠਦੀ ਹੈ ਤਕਰੀਬਨ। ਜਿਹੜੀ ਜਗ੍ਹਾ 'ਤੇ ਤੁਸੀਂ ਦੁਆ ਮੰਗਣ ਗਏ ਸੀਗੇ ਅਤੇ ਉਸ ਜਗ੍ਹਾ ਤੋਂ ਜਦੋਂ ਵਾਪਸ ਪਰਤੇ ਆ ਤਾਂ ਜੋ ਕੁਛ ਤੁਹਾਡੇ ਕੋਲ ਸੀਗਾ ਉਹ ਵੀ ਖੋ ਲਿਆ ਗਿਆ ਹੈ ਨਾ? ਹਾਂਜੀ, ਬਸ ਇੱਕ ਤਰ੍ਹਾਂ ਦੀ ਮਤਲਬ ਫੈਮਿਲੀ ਮਤਲਬ ਪੂਰੀ ਖਤਮ ਹੀ ਹੋ ਗਈ ਮੇਰੀ। ਪੁੱਛਿਆ ਨਹੀਂ ਕਦੇ ਪਾਪਾ ਨੂੰ ਵੀ ਮੰਮਾ ਆਉਣਗੇ ਕਿੱਦੋਂ ਆਉਣਗੇ ਕਿੱਥੇ ਆਉਣਗੇ? ਦੱਸਿਆ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਬਸ ਇਹੀ ਦੱਸਿਆ ਵਾ ਕਿ ਤੁਹਾਡੀ ਅੱਖਾਂ ਬਣ ਕੇ ਆਉਣਗੇ, ਉਹ ਵੀ ਜਲਦੀ ਜਲਦੀ, ਇਹਨੇ ਕਿ ਲੇਟ। ਡਿਊਟੀ ਤਾਂ ਬਸ ਇੱਕ ਨਾਮ ਦੀ ਹੈ ਕਿ ਧਿਆਨ ਤਾਂ ਮਤਲਬ ਬੱਚਿਆਂ ਵਾਲੇ ਰਹਿੰਦਾ, ਪਰ ਇਹ ਹੈ ਕਿ ਰੋਟੀ ਖਾਣੀ ਤਾਂ ਡਿਊਟੀ ਕਰਨੀ ਵੀ ਜ਼ਰੂਰੀ ਹੈ। ਬਸ ਹੁਣ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਦਿਲ 'ਤੇ ਪੱਥਰ ਰੱਖ ਕੇ ਡਿਊਟੀ ਵੀ ਕਰੀਦੀ ਹੈ, ਨਾਲ ਫਿਰ ਬੱਚਿਆਂ ਦਾ ਵੀ ਧਿਆਨ ਰੱਖੀਏ। ਹੁਣ ਤਾਂ ਬਸ ਰੱਬ ਅੱਗੇ ਇਹੀ ਦੁਆ ਕਰਦੇ ਹਾਂ ਕਿ ਇਹਨਾਂ ਦੋਨਾਂ ਦੇ ਬੱਚਿਆਂ ਦੀ ਬਸ ਨਿਗਾਹ ਵਾਪਸ ਆ ਜਾਵੇ ਤਾਂ ਮੈਂ ਸੰਭ ਲੂੰਗਾ। ਚਲੋ ਅਤੇ ਮੇਰੀ ਵਾਈਫ ਇਹਨਾਂ ਦੀ ਨਿਗਾਹ ਬਣ ਕੇ ਵਾਪਸ ਫਿਰ ਵੀ ਆ ਗਈ। ਮੇਰੇ ਸਤਿਗੁਰੂ ਜੀ ਤੁਸੀਂ ਮਿਹਰ ਕਰੋ, ਮੈਂ ਦਰ ਤੇਰੇ ਤੇ ਆਈ ਹੋਈ ਆ, ਮੈਂ ਦਰ ਤੇਰੇ ਤੇ ਆਈ ਹੋਈ ਆ। ਕਿਸੇ ਹੋਰ ਤੇ ਡਿਪੈਂਡ ਹੋਣਾ ਤੇ ਇੱਕ ਵਾਈਫ ਤੇ ਡਿਪੈਂਡ ਹੋਣਾ, ਬਹੁਤ ਫਰਕ ਉਸ ਦੇ ਵਿੱਚ ਤੁਹਾਨੂੰ ਵੀ ਨਜ਼ਰ ਆਉਂਦਾ ਹੋਣਾ। ਮੈਮ, ਜੋ ਮਾਂ ਹੈ ਉਹ ਤਾਂ ਮਾਂ ਹੀ ਹੁੰਦੀ ਹੈ, ਦੂਸਰਾ ਕੋਈ ਹੋਰ ਬਣ ਨਹੀਂ ਸਕਦਾ ਹੈਗਾ। ਜਿੱਦਾਂ ਉਹ ਤੂੰ ਚਾਹੇ ਮੈਨੂੰ ਨੌਕਰੀ ਛੱਡਣੀ ਪਵੇ ਇਹਨਾਂ ਲਈ, ਮੈਂ ਉਹ ਵੀ ਛੱਡ ਦੂੰਗਾ, ਲੇਕਿਨ ਇਹਨਾਂ ਨੂੰ ਬੱਚਿਆਂ ਨੂੰ ਆਪਣੇ ਤੋਂ ਮਤਲਬ ਕਦੀ ਦੂਰ ਨਹੀਂ ਕਰੂੰਗਾ। ਹੈ ਤਾਂ ਜ਼ਿੰਦਗੀ ਜੀਣ ਦਾ ਮੌਕਾ ਹੈ ਅਤੇ ਜੇਕਰ ਹਿੰਮਤ ਨਹੀਂ ਹੈਗੀ ਤਾਂ ਸਿਰਫ ਤੁਹਾਡੇ ਪੱਲੇ ਨਿਰਾਸ਼ਾ ਪੈਣੀ ਹੈ। ਸਤਿ ਸ਼੍ਰੀ ਅਕਾਲ, ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ, ਮੈਂ ਕਰਮਜੀਤ ਕੌਰ। ਅੱਜ ਇੱਕ ਅਜਿਹੇ ਪਰਿਵਾਰ ਦੀ ਕਹਾਣੀ, ਅਜਿਹੇ ਪਿਤਾ ਦੀ ਕਹਾਣੀ ਦੱਸਣ ਜਾ ਰਹੀ ਹਾਂ ਤੁਹਾਨੂੰ ਮੈਂ, ਜਿਸ ਨੇ ਇੱਕ ਮਿਸਾਲ ਕਾਇਮ ਕੀਤੀ ਹੈ, ਇੱਕ ਅਜਿਹੀ ਮਿਸਾਲ ਜਿਹਨੂੰ ਸੁਣ ਕੇ ਤੁਹਾਡਾ ਦਿਲ ਵੀ ਗਦਗਦ ਹੋ ਉੱਠੇਗਾ। ਤੁਸੀਂ ਸੋਚ ਕੇ ਜਿਹੜੀ ਆ ਹੈਰਾਨ ਹੋ ਜਾਓਗੇ ਕਿ ਅਜੋਕੇ ਸਮਾਜ ਦੇ ਵਿੱਚ ਜਿੱਥੇ ਲੋਕ ਛੋਟੀ ਜਿਹੀ ਚੀਜ਼, ਛੋਟੀ ਜਿਹੀ ਜ਼ਿੰਮੇਵਾਰੀ ਜੇ ਦਿਮਾਗ ਸਿਰ 'ਤੇ ਪੈ ਜਾਵੇ ਤਾਂ ਆਪਣਾ ਪੱਲਾ ਝਾੜ ਲੈਂਦੇ ਨੇ, ਪਰ ਇਸ ਪਰਿਵਾਰ ਦੇ ਵਿੱਚ ਜਿਹੜਾ ਪਿਓ ਹੈ ਉਹ ਜਿਉਂਦੀ ਜਾਗਦੀ ਮਿਸਾਲ ਹੈ, ਅਤੇ ਜਿਉਂਦੀ ਜਾਗਦੀ ਅਜਿਹੀ ਮਿਸਾਲ ਹੈ ਜਿਸ ਨੂੰ ਵੇਖ ਕੇ ਹਰ ਕੋਈ ਇਹ ਸੋਚਣ ਲਈ ਮਜਬੂਰ ਹੋ ਜਾਏਗਾ
कि जिंदगी दे विच जेकर अजिहे हर पासे तुसीं तुहानूं कह रहे हो दुनिया दे उत्ते अजिहे जिगरे वाले प्यो मिलणगे तां मैनूं लगदा जिहड़े अपने बने हुए ने पिंगलवाड़े या किसी भी तरीके का होर आश्रम धर्मशालावां बनिया ने उन्हां दी लोड़ पएगी। गल करदे आं अंदर चलदे आं। ये बेटियां ने दोनों ते इन दियाँ दो बेटियां ने खड़े हुए ने सर खड़े हुए ने दोनों बेटियां अखां तो देख नहीं सकदियां ते इन्हां दी की हादसा एक अजिहा हादसा जिंदगी ने इन्हां दे नाल कीता सी जिस दे नाल पूरी काया पलट हो गई। इन्हां दी परिवार हादसा खेड़दा सी जिहड़ा उह परिवार वी इन्हां तो एक हिसाब दा विछड़ गया आ ते उन्हां नाल गलबात करके जानते हैं कि की कुछ होया सीगा इन्हां दी जिंदगी दे विच ते अजिही कीड़ी घटना सी जिन्हें इन्हां दे परिवार की पूरे जिहड़ी आ हसदी खेड़ दी जिंदगी जिहड़ी आ इकदम पलट के रख दी। तो आओ फिर गलबात करते हैं। सो साडे नाल मौजूद ने मित्तल साहब। पहला तो मैं यही पुछूंगी, मेरा सवाल पहला यही रहेगा कि ऐसा की जिंदगी दे विच तुहाडे नाल वापरिया कि पूरा परिवार जिहड़ा एक साथ अद्धा ही रह गया परिवार की होया सी? मतलब मेरी दोनों बच्चियां वै जिहड़ियां कि मतलब ब्लाइंड है गियां दोनों नूं मतलब दिखदा नहीं हैगा ते मतलब जिहड़े भी सानू लोग कहंदे सी कि तुसीं मतलब आ जगह ते मत्था टेकिया हो या कि अखां इहनां दी वापस आईं ते असीं चले जांदे सीगे ते अद्धी असीं मतलब 27 June 2021 नूं असीं गए सीगे चिंतपुर्णी माता जी मत्था टेकण सवेरे पिछले साल। हाँ जी। ते उत्थों वापसी आंदे होए हुशियारपुर जदों असीं पहुंचे हैं ते उदों ना मतलब साडी गड्डी दे अगे कोई बंदा आ गया अनजाण व्यक्ति ते उहनूं बचांदे बचांदे गड्डी साडी जिहड़ी आ आउट ऑफ कंट्रोल होके साइड ते मतलब ट्राली खड़ी सी उहदे विच जा लगी ते जिहदे विच लगण नाल मतलब मेरी वाइफ तां मतलब एक्सपायर ही हो गए। हाँ जी। ते जिहड़े मेरे दोनों बच्चियां वै दोनों दी मतलब लत्तां दी हड्डियां टुटियां सी दोनों दी लत्तां दे विच मतलब रोड़ पई है ते छोटी बेटी दे मेरी बांह दे विच वी इहदी बांह दे विच वी रोड़ पई सीगी ते उस तो बाद हुण ला लो 6-7 महीने हो गए है ते मतलब बस बच्चियां हुण बैठती है तकरीबन बाकी मैं जिन्ना मतलब वध तों वध इहनां दी देखभाल करदा आ। मतलब जिस जिहड़ी जगह ते तुसीं दुआ मंगण गए सीगे ते उस जगह तों जदों वापस परते आ ते जो कुछ तुहाडे कोल सीगा उह वी खो लिया गया है ना? हाँ जी। बस एक तरह की मतलब फैमिली मतलब पूरी खत्म ही हो गई मेरी। मतलब आप असी गए सीगे कि अपना परिवार की जिहड़ी कमी है उहनूं दूर किया जाए ते जदों वापसी आई है तो साडा परिवार ही जिहड़ा है उह खो लिया परमात्मा ने। उदों की दिमाग च आउंदा अज तुसीं उस घटना नूं सोचदे हो तो की सोचदे हो पछताउंदे हो उस वक्त नूं कि मैं गया क्यों? बस मैडम हुण की कह सकदे किस्मत या साडी कह लो या साडे कर्म कह लो कदी सोचिया भी नहीं सीगी। मतलब चलो एक तो पहले ही बच्चे की अखा नहीं सीगियां तो चलो सोचते थी फिर भी चलो रब कदी तां मेहर करूगा पर कदी ये भी नहीं सोचा सी कि मतलब इन्ना वड्डा मतलब हादसा भी हो जाऊ साडे नाल। पहला थोड़ी वाइफ सीगे जिहड़े उह संभालदे होणे है ना उदों तुसीं काम ते तुहानूं तुसीं बेफिकर रहिंदे होणे हुण जदों तुसीं घरों जाणे हो बाहर तां तुहानूं तुहाडा ध्यान घर ही रहिंदा होणा किवें हैंडल करदे ओ चीज़ां? मैडम करना पैंदा बस सवेरे मतलब इह है कि उठ के पहला बच्चिआं नूं तैयार करके सारा काम नबेड़ के मतलब 8 बजे ड्यूटी ते जाणा मैं। ड्यूटी तां बस एक नाम दी है कि ध्यान तां मतलब बच्चिआं वाले रहिंदा है पर यह है कि रोटी खानी तो ड्यूटी करनी भी जरूरी है तो बस हूँ जिन्ना वो तो वो दिल से पत्थर रख के ड्यूटी भी करी दी है ना फिर बच्चों का भी ध्यान रखी है। उस वक्त फिर थोड़ी वाइफ की सब तो वध कमी खलती होनी सब कुछ उही सी मैडम मेरे बच्चों की अखा भी उही सी एक तरह की उन्होंने सारे तो यही सी तो उस तो बाद मतलब एक तरह का खत्म ही हो गया मतलब पूरा। रिश्तेदारा का कि उस तो बाद किसी ने रिश्तेदार ने भी नहीं बांह फड़ी? नहीं मैडम मतलब मेरे जिहड़े ब्रदर इन लॉ वगैरह सीगे ते मेरे सीगे ओह फादर इन लॉ मदर इन लॉ ओह सीगे ओह 2-3 महीने रहे है उस तो बाद ओह भी चले गए ते उस तो बाद हुण मैं ही मतलब कल्ला ही फिर सामना। तो उस तो कह लो कि बच्चे दी बहुत खूबसूरत आवाज़ है ना सुनिया सी ते इह वी कहिंदे हारमोनियम बजांदियां ने है ना ढोलकी बजांदियां ने ते उहनां दे लई फिर जदों सिक्ख्या जिहड़ी आ सिक्ख्या दा फिर किवें रखदे किवें सिक्ख्या दा ध्यान रखिया इहनां दी? इह मैडम मतलब जदों एक्सीडेंट तों पहलां ਤਾਂ ਦੋਨੇ ਬੱਚਿਆਂ ਨੂੰ ਮਤਲਬ ਮੇਰੇ ਜਿਹੜੀ ਵਾਈਫ ਸੀਗੀ ਉਹ ਇਹਨਾਂ ਨੂੰ ਸਿੰਗਿੰਗ ਸਿਖਾਉਂਦੀ ਖੁਦ ਵੀ ਸਿਖਾਉਂਦੀ ਸੀਗੀ ਅਤੇ ਇਹਨਾਂ ਨੂੰ ਕਲਾਸ ਮਤਲਬ ਬਾਹਰ ਵੀ ਨਾਲ ਲਗਾਉਣ ਜਾਂਦੇ ਸੀਗੇ ਤਾਂ ਉੱਥੇ ਵੀ ਸਿੱਖਦੀਆਂ ਸੀਗੀਆਂ ਅਤੇ ਉਹ ਮੇਰੀ ਵਾਈਫ ਦਾ ਵੀ ਮਤਲਬ ਸੁਪਨਾ ਸੀਗਾ ਕਿ ਚਲੋ ਅਗਰ ਬਾਈ ਚਾਂਸ ਰੱਬ ਨਹੀਂ ਵੀ ਅੱਖਾਂ ਦਿੰਦਾ ਤਾਂ ਚਲੋ ਇਹਨਾਂ ਨੂੰ ਸਿੰਗਿੰਗ ਵੱਲ ਲਾਵਾਂ ਭਜਨ ਕੀਰਤਨ ਬੜਾ ਮਤਲਬ ਵਧੀਆ ਕਰਦੀਆਂ ਮੈਂ ਤਾਂ ਇਹਨਾਂ ਨੂੰ ਉੱਧਰਲੇ ਪਾਸੇ ਲਾਵਾਂਗੇ ਤਾਂ ਰੱਬ ਦੇ ਮਤਲਬ ਚਰਨਾਂ 'ਚ ਰਹਿਣਗੀਆਂ ਹਮੇਸ਼ਾ ਅਤੇ ਪਰ ਕਦੀ ਸੋਚਿਆ ਨਹੀਂ ਸੀ ਕਿ ਜਿਹੜੀ ਸਿਖਾਉਣ ਵਾਲੀ ਹੈ ਰੱਬ ਉਹਨੂੰ ਵੀ ਲੈ ਜਾਓ ਉਹ ਜਦੋਂ ਚੀਜ਼ਾਂ ਯਾਦ ਆਉਂਦੀਆਂ ਨੇ ਵੀ ਕਿਉਂਕਿ ਤੁਸੀਂ ਦੱਸਿਆ ਕਿ ਤੁਹਾਡੀ ਵਾਈਫ ਸਿਖਾਉਂਦੀ ਸੀ ਇਹਨਾਂ ਨੂੰ ਹੈ ਨਾ ਅਤੇ ਉਹ ਸਿਖਾਉਂਦੇ ਹੁੰਦੇ ਸੀਗੇ ਤੁਸੀਂ ਆਰਾਮ ਨਾਲ ਆਪਣਾ ਬੇਫਿਕਰ ਇੱਕ ਥਾਪ 'ਤੇ ਰਹਿੰਦੇ ਹੋਣੇ ਜੇ ਤੋਂ ਬਾਹਰ ਜਾਣਾ ਨਾ ਕੋਈ ਫਿਕਰ ਨਹੀਂ ਹੁਣ ਕਿਹਨਾਂ ਦੇ ਸਾਰੇ ਇਹਨਾਂ ਨੂੰ ਛੱਡ ਕੇ ਜਾਣੇ ਕੀ ਕੌਣ ਦੇਖਭਾਲ ਕਰਦਾ ਜਦੋਂ ਤੁਸੀਂ ਜੋਬ 'ਤੇ ਹੁੰਦੇ
ਮੈਨੂੰ ਐਕਚੁਅਲੀ ਮੇਰੇ ਸਾਡੇ ਮਤਲਬ ਕਿਰਾਏਦਾਰ ਹੈਗੇ ਆ ਅਤੇ ਉਹ ਮਤਲਬ ਉਹਨਾਂ ਦੇ ਜਿਹੜੇ ਮਤਲਬ ਖੁਦ ਹੈਗੇ ਲੇਡੀਜ਼ ਹੈਗੇ ਅਤੇ ਉਹ ਫਿਰ ਇਹਨਾਂ ਕੋਲ ਰਹਿੰਦੇ ਦਿਨ ਦੇ ਵਿੱਚ ਅਤੇ ਉਹ ਮਤਲਬ ਇਹਨਾਂ ਦੀ ਦੇਖਭਾਲ ਕਰਦੇ ਸਾਰੇ ਅਤੇ ਬਾਕੀ ਸ਼ਾਮ ਨੂੰ ਮਤਲਬ ਡਿਊਟੀ ਖਤਮ ਕਰਕੇ ਮੈਂ ਆ ਜਾਂਦਾ ਹੁੰਦਾ ਉਸ ਤੋਂ ਬਾਅਦ ਫਿਰ ਮੈਂ ਹੀ ਸਾਰਾ ਦੇਖਦਾ ਅਤੇ ਉਹ ਹਾਦਸਾ ਭੁੱਲਦਾ ਤਾਂ ਕਦੇ ਨਹੀਂ ਹੋਣਾ ਕਿਉਂਕਿ ਉਹ ਚੀਜ਼ ਦਿਨ ਰਾਤ ਤੁਹਾਡੇ ਦਿਮਾਗ 'ਚ ਰਹਿੰਦੀ ਹੋਣੀ ਹੈ ਕਿਉਂਕਿ ਕਈ ਵਾਰ ਅਜਿਹੇ ਹੁੰਦਾ ਅਸੀਂ ਵੀ ਸੋਚਦੇ ਵੀ ਕੋਈ ਸਮਾਂ ਵਾਪਸ ਆਵੇ ਤਾਂ ਅਸੀਂ ਆਹ ਚੀਜ਼ ਬਦਲ ਲਈਏ ਅਤੇ ਜੇਕਰ ਉਹ ਸਮਾਂ ਵਾਪਸ ਆਉਂਦਾ ਕੀ ਸੋਚਦੇ ਵੀ ਕੀ ਚੀਜ਼ ਬਦਲਣਾ ਚਾਹੁੰਦੇ ਉਸ ਵੇਲੇ ਦੀ ਜੋ ਲਿਖਿਆ ਉਹ ਤਾਂ ਖੈਰ ਮਤਲਬ ਹੋਣਾ ਹੀ ਹੈ ਬਸ ਰੱਬ ਦੇ ਅੱਗੇ ਹੁੰਦਾ ਮਤਲਬ ਇਹੀ ਦੁਆ ਹੈ ਕਿ ਅਗਰ ਉਸ ਟਾਈਮ ਹੋਣਾ ਤਾਂ ਕਿ ਚਲੋ ਮਦਰ ਰਹਿ ਜਾਂਦੀ ਤਾਂ ਚਲੋ ਵਧੀਆ ਹੁੰਦਾ ਪਰ ਹੁਣ ਕੀ ਕਰ ਸਕਦੇ ਹਾਂ ਹੁਣ ਤਾਂ ਬਸ ਰੱਬ ਅੱਗੇ ਇਹੀ ਦੁਆ ਕਰਦੇ ਹਾਂ ਕਿ ਇਹਨਾਂ ਦੋਨਾਂ ਦੇ ਬੱਚਿਆਂ ਦੀ ਮੈਂ ਨਿਗਾਹ ਵਾਪਸ ਆ ਜਾਵੇ ਤਾਂ ਮੈਂ ਸਮਝ ਲੂੰਗਾ ਚਲੋ ਅਤੇ ਮੇਰੀ ਵਾਈਫ ਇਹਨਾਂ ਦੀ ਨਿਗਾਹ ਬਣ ਕੇ ਵਾਪਸ ਫਿਰ ਵੀ ਆ ਗਈ ਅਤੇ ਇਹਨਾਂ ਦੇ ਇਲਾਜ ਦੀ ਕੋਸ਼ਿਸ਼ ਕੀਤੀ ਹੈ ਪਤਾ ਕੀਤਾ ਵੀ ਇਹਨਾਂ ਦੀ ਇਲਾਜ ਦੇ ਲਈ ਕੀ ਸਿਸਟਮ ਉਹਨਾਂ ਨੇ ਦੱਸਿਆ ਡਾਕਟਰਸ ਨੇ ਕੀ ਕਹਿੰਦੇ ਨੇ ਵੀ ਇਹਨਾਂ ਦੀ ਨਿਗਾਹ ਵਾਪਸ ਆ ਸਕਦੀ ਹੈ ਕਿ ਕਿਵੇਂ ਆ ਸਕਦੀ ਇਹ ਮੈਡਮ ਮਤਲਬ ਇਹਨਾਂ ਦਾ ਨਾ ਮਤਲਬ ਡਾਕਟਰ ਅਸੀਂ ਦਿਖਾਇਆ ਸੀਗਾ ਦੋ ਤਿੰਨ ਜਗ੍ਹਾ 'ਤੇ ਅਤੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਇੱਕ ਬੈਂਗਲੋਰ ਇੱਕ ਹੈਦਰਾਬਾਦ ਅਤੇ ਇੱਕ ਚੇਨਈ ਮਤਲਬ ਤਿੰਨ ਸ਼ਹਿਰ ਹੈਗੇ ਜਿੱਥੇ ਇਹਨਾਂ ਦਾ ਅੱਖਾਂ ਦਾ ਟੈਸਟ ਹੋਣਾ ਉਹ ਤਕਰੀਬਨ 35-40 ਹਜ਼ਾਰ ਰੁਪਏ ਦਾ ਟੈਸਟ ਹੈਗਾ ਅਤੇ ਕਹਿੰਦੇ ਉਹ ਤੋਂ ਬਾਅਦ ਪਤਾ ਲੱਗ ਜੂਗਾ ਕਿ ਅਗਰ ਇਹ ਨਿਗਾਹ ਕਿੰਨੀ ਆ ਸਕਦੀ ਹੈ ਤਾਂ ਸਾਰਾ 100% ਕਲੀਅਰ ਉਹ ਦੱਸ ਦੇਣਗੇ ਅਤੇ ਹੁਣ ਫਿਲਹਾਲ ਤਾਂ ਮਤਲਬ ਬੈੱਡ 'ਤੇ ਹੈਗੀਆਂ ਵਾ ਇਸ ਟਾਈਮ ਚੱਲ ਨਹੀਂ ਸਕਦੀਆਂ ਤਾਂ ਡਾਕਟਰ ਦੀ ਸਲਾਹ ਨਾਲ ਮਤਲਬ ਜਿੱਦਾਂ ਉਹ ਕਹਿਣਗੇ ਕਿ ਜਦੋਂ ਚੱਲਣ ਫਿਰਨ ਲੱਗ ਜਾਣਗੀਆਂ ਤਾਂ ਫਿਰ ਇਹਨਾਂ ਨੂੰ ਮੈਂ ਮਤਲਬ ਉੱਥੇ ਲੈ ਕੇ ਜਾਊਂਗਾ ਤਾਂ ਬਾਕੀ ਰੱਬ ਦੀ ਕਿਰਪਾ ਹੋ ਜਾਵੇ ਤਾਂ ਇਹ ਅੱਖਾਂ ਆ ਜਾਂਦਾ ਵਧੀਆ ਗੱਲ ਅਤੇ ਉਹਦੇ ਲਈ ਖਰਚਾ ਵੀ ਕਿਵੇਂ ਹੈਂਡਲ ਕਰਦੇ ਕਿਉਂਕਿ ਓਬਵੀਅਸਲੀ ਮੈਂ ਪ੍ਰਾਈਵੇਟ ਹੋਸਪਿਟਲਾਈਜੇਸ਼ਨ ਹੈ ਪੂਰੀ ਅਤੇ ਉਹ ਖਰਚਾ ਬਹੁਤ ਜ਼ਿਆਦਾ ਮੰਗਦੇ ਹੈ ਨਾ ਅਤੇ ਉਹ ਕਿਵੇਂ ਫਿਰ ਹੈਂਡਲ ਹੁੰਦਾ ਮੈਨੂੰ ਫਿਲਹਾਲ ਤਾਂ ਹੁਣ ਮਤਲਬ ਮੈਂ ਨੌਕਰੀ 'ਤੇ ਜਾਂਦਾ ਜਿੰਨਾ ਹੁੰਦਾ ਮਤਲਬ ਮੈਂ ਆਪਣਾ ਕਰੀ ਜਾਂਦਾ ਕੁਛ ਇਕੱਠਾ ਕਰੀ ਜਾਂਦਾ ਅਤੇ ਬਾਕੀ ਇਹ ਹੈ ਕਿ ਪਹਿਲਾਂ ਮਤਲਬ ਥੋੜ੍ਹੀ ਬਹੁਤੀ ਕਾਫੀ ਮਤਲਬ ਜਿੰਨੀ ਕੁ ਲੋਕਾਂ ਨੇ ਮਦਦ ਕੀਤੀ ਸੀਗੀ ਤਾਂ ਉਹ ਵੀ ਇਹਨਾਂ ਦੇ ਮਤਲਬ ਪੈਸੇ ਮੈਂ ਸੇਵ ਕੀਤੇ ਹੋਏ ਹੈ ਤਾਂ ਬਾਕੀ ਅੱਗੇ ਜਿੰਨਾ ਕੁ ਹੋ ਸਕੂਗਾ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦਾ ਇਲਾਜ ਮਤਲਬ ਸਹੀ ਤਰੀਕੇ ਹੋ ਸਕੇ ਅਤੇ ਕਈ ਵਾਰ ਇੱਦਾਂ ਹੋਇਆ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਇਹਨਾਂ ਨੇ ਕੋਈ ਚੀਜ਼ ਹੋਈ ਹੋਵੇ ਵੀ ਤੁਹਾਡੇ ਤੋਂ ਪੂਰੀ ਨਾ ਹੋ ਸਕੀ ਹੋਵੇ ਲਾਈਕ ਕਿ ਇਹਨਾਂ ਦੇ ਇਲਾਜ ਨੂੰ ਲੈ ਕੇ ਕਹਿੰਦੇ ਹੁਣ ਵੀ ਆਹ ਚੀਜ਼ ਇੰਨੇ ਟਾਈਮ 'ਤੇ ਚਾਹੀਦੀ ਆ ਵੀ ਆਹ ਇੰਨਾ ਪੈਸਾ ਚਾਹੀਦਾ ਆ ਉਸ ਟਾਈਮ ਤੁਸੀਂ ਨਾ ਅਰੇਂਜ ਕਰ ਸਕਿਓ ਨਹੀਂ ਮੈਡਮ ਫਿਲਹਾਲ ਤਾਂ ਚਲੋ ਮਤਲਬ ਰੱਬ ਦੀ ਇੰਨੀ ਕੁ ਦਇਆ ਰਹੀ ਕਿ ਮਤਲਬ ਕੋਈ ਦਿੱਕਤ ਆਈ ਨਹੀਂ ਹੈਗੀ ਠੀਕ ਹੈ ਬਾਕੀ ਹੁਣ ਤਾਂ ਬਸ ਰੱਬ ਅੱਗੇ ਮਤਲਬ ਇਹੀ ਦੁਆ ਕਰਦੇ ਹਾਂ ਕਿ ਬਸ ਇਹਨਾਂ ਦੀ ਜਿੱਦਾਂ ਮਰਜ਼ੀ ਬਸ ਨਿਗਾਹ ਵਾਪਸ ਆ ਜਾਵੇ ਤਾਂ ਇਹ ਵੀ ਆਪਣੇ ਪੈਰਾਂ 'ਤੇ ਖੜੀਆਂ ਰਹਿਣਗੀਆਂ ਕਿਸੇ ਸਾਰੇ ਲੋੜ ਨਹੀਂ ਪਊਗੀ ਦੁਨੀਆਂ 'ਚ ਆਪਣਾ ਬਰਾਬਰ ਦੁਨੀਆਂ 'ਚ ਚੱਲ ਸਕਣਗੀਆਂ ਅਤੇ ਇਹਨਾਂ ਦੀ ਖੂਬਸੂਰਤ ਆਵਾਜ਼ ਲਈ ਤਾਂ ਤੁਸੀਂ ਦੱਸ ਦਿੱਤਾ ਕਿ ਉਹ ਸਿਖਾਉਂਦੇ ਹੁੰਦੇ ਸੀ ਅਤੇ ਹੁਣ ਕੌਣ ਸਿਖਾਉਂਦਾ ਹੁਣ ਕਿਵੇਂ ਤੁਸੀਂ ਇਹਨੂੰ ਅਰੇਂਜ ਕਰੋਗੇ ਹੁਣ ਤਾਂ ਮੈਡਮ ਮਤਲਬ ਇਹ ਆਪਣੇ ਆਪ ਮਤਲਬ ਜਿਵੇਂ ਡਿਊਟੀ 'ਤੇ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਆਪਣੇ ਆਪ ਹੀ ਭਜਨ ਕੀਰਤਨ ਵਗੈਰਾ ਕਰਦੀਆਂ ਵੈ ਸਵੇਰੇ 1 ਘੰਟਾ ਕਰਦੀਆਂ ਵੈ ਬਾਕੀ ਟੀ ਵੀ 'ਤੇ ਭਜਨ ਵਗੈਰਾ ਸੁਣਦੀਆਂ ਰਹਿੰਦੀਆਂ ਵੈ ਅਤੇ ਬਾਕੀ ਜਦੋਂ ਮੇਰੇ ਕੋਲ ਟਾਈਮ ਹੁੰਦਾ ਫਿਰ ਮੈਂ ਇਹਨਾਂ ਨਾਲ ਬਹਿ ਜਾਂਦਾ ਹੁੰਦਾ ਕਿ ਚਲੋ ਜਿੰਨਾ ਕੁ ਹੋਇਆ ਸਿੱਖੋ ਅਤੇ ਇਹ ਕਿਸੇ 'ਤੇ ਡਿਪੈਂਡ ਤਾਂ ਨਹੀਂ ਹੈਗੇ ਆਪਣੇ ਆਪ ਹੀ ਕਰ ਰਹੇ ਕੰਮ ਜ਼ਿਆਦਾਤਰ ਮੈਡਮ ਮੇਨ ਤਾਂ ਮਤਲਬ ਚਲੋ ਮਤਲਬ ਪਹਿਲਾਂ ਤਾਂ ਸੀਗੀ ਕਾਫੀ ਦਿੱਕਤ ਹੁਣ ਥੋੜ੍ਹਾ ਬਹੁਤਾ ਤੁਰਨ ਲੱਗ ਗਈਆਂ ਤਾਂ ਹੱਥ ਫੜ ਕੇ ਇਹਨੂੰ ਲੈ ਜਾਂਦੇ ਆ ਜਿਵੇਂ ਲੈਟਰਿੰਗ ਬਾਥਰੂਮ ਵਗੈਰਾ ਤਾਂ ਬਾਥਰੂਮ ਜਾ ਜਾਂਦੀਆਂ ਵੈ ਮਤਲਬ ਹੁਣ ਕਾਫੀ ਸਟੇਬਲ ਹੋ ਚੁੱਕੀ ਹੈ ਮਤਲਬ ਪਹਿਲਾਂ ਨਾਲ ਜੀ ਤੇ ਕਾਫੀ ਟੈਲੈਂਟਡ ਦੋਨੋਂ ਹੈਗੀਆਂ ਹਨਾ ਤੇ ਸਿੱਖਿਆ ਦੂਜੀ ਜਿਹੜੀ ਪੜ੍ਹਾਈ ਲਿਖਾਈ ਦਾ ਫਿਰ ਕਿਵੇਂ ਕਰਦੇ ਉਹ ਮੈਡਮ ਪਹਿਲਾਂ ਤਾਂ ਮਤਲਬ ਜਿਹਦੇ ਜਿਹੜੀ ਮੇਰੀ ਬੜੀ ਲੜਕੀ ਬੜੀ ਬੇਟੀ ਹੈਗੀ ਹੈ ਇਹਨੂੰ ਇੱਕ ਅੱਖ ਤੋਂ ਦਿਖਦਾ ਸੀਗਾ ਬਚਪਨ 'ਚ ਤਾਂ ਉਹ ਸਕੂਲ 'ਚ ਦੂਸਰੀ ਕਲਾਸ ਤੱਕ ਪੜ੍ਹੀ ਹੈ ਤਾਂ ਉਹ ਜਿੰਨਾ ਸਿੱਖ ਕੇ ਆਉਂਦੀ ਸੀਗੀ ਉਹੀ ਫਿਰ ਛੋਟੀ ਨੂੰ ਆ ਕੇ ਘਰ ਆ ਕੇ ਸਿਖਾ ਦਿੰਦੀ ਸੀ ਕਿਉਂਕਿ ਉਹਨੂੰ ਤਾਂ ਬਿਲਕੁਲ ਹੀ ਨਹੀਂ ਦਿਖਦਾ ਸੀਗਾ ਅਤੇ ਇਹਦੀ ਨਿਗਾਹ ਵੀ ਕੁਝ ਦੇਰ ਪਹਿਲਾਂ ਫਿਰ ਦੂਸਰੀ ਅੱਖ ਦੀ ਵੀ ਚਲੀ ਗਈ ਸੀਗੀ ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਮਤਲਬ ਐਡਮਿਸ਼ਨ ਕਰਾਈ ਸੀਗੀ ਜਿਹੜੀ ਮਤਲਬ ਬਲਾਈਂਡ ਸਕੂਲ ਦੇ ਵਿੱਚ ਅਤੇ ਉਹ ਕਰੋਨਾ ਕਰਕੇ ਕੁਝ 2 ਸਾਲ ਵੈਸੇ ਹੀ ਰਹਿ ਗਏ ਤਾਂ ਉਸ ਤੋਂ ਬਾਅਦ ਆਹ ਜਿਹੜਾ ਹਾਦਸਾ ਹੋ ਗਿਆ ਉਸ ਤੋਂ ਬਾਅਦ ਸਭ ਕੁਝ ਮਤਲਬ ਖਤਮ ਹੀ ਹੋ ਗਿਆ ਤਾਂ ਹੁਣ ਬਸ ਇਹ ਹੈ ਕਿ ਜਦੋਂ ਚੱਲਣ ਲੱਗ ਜਾਣ ਤਾਂ ਇਹਨਾਂ ਨੂੰ ਫਿਰ ਉਹ ਸਕੂਲ ਦੇ ਵਿੱਚ ਪਾਵਾਂਗੇ ਬਲਾਈਂਡ ਸਕੂਲ 'ਚ ਤਾਂ ਉੱਥੇ ਆਪਣੀ ਪੜ੍ਹਾਈ ਫਿਰ ਅੱਗੇ ਸਟਾਰਟ ਕਰ ਦੇਣਗੇ ਨਾਲ ਦੇ ਨਾਲ ਅਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੀ ਇਹਨਾਂ ਦੀ ਮਦਰ ਸੀਗੇ ਤੁਹਾਡੇ ਵਾਈਫ ਉਹਨਾਂ ਦੇ ਰਿਲੇਟਿਵਸ ਤੁਹਾਡੇ ਨਾਲ ਪਹਿਲਾਂ ਖੜੇ ਸੀਗੇ ਅਤੇ ਹੁਣ ਉਹ ਸਾਥ ਛੱਡ ਗਏ ਤਾਂ ਤੁਹਾਡੇ ਰਿਲੇਟਿਵਸ ਦਾ ਕੀ ਤੁਹਾਡੇ ਵੱਲੋਂ ਕੋਈ ਨਹੀਂ ਆਇਆ ਸੀਗਾ ਮੈਡਮ ਮੈਂ ਐਕਚੁਅਲੀ ਮਤਲਬ ਇਕੱਲਾ ਹੀ ਹੈ ਮੇਰੀ ਮਦਰ ਵੀ ਮਤਲਬ ਐਕਸਪਾਇਰ ਹੋ ਚੁੱਕੇ ਫਾਦਰ ਵੀ ਹੈ ਨੀਗੇ ਅਤੇ ਨਾ ਕੋਈ ਬ੍ਰਦਰ ਸਿਸਟਰ ਮਤਲਬ ਸਗਾ ਕੋਈ ਨਹੀਂ ਹੈ ਮਤਲਬ ਮੈਂ ਇਕੱਲਾ ਹੀ ਹੈ ਜੀ ਤੁਹਾਡੇ ਸਿਰ 'ਤੇ ਪੂਰੀ ਜ਼ਿੰਮੇਵਾਰੀ ਆਈ ਹੋਈ ਹੈ ਹਾਂਜੀ ਹਾਂ ਅਤੇ ਕਿੰਨਾ ਕਮਾ ਲੈਂਦੇ ਹੋ ਮਹੀਨੇ ਦੇ ਵਿੱਚ ਮੈਡਮ ਮਤਲਬ ਆਈਡੀਆ ਮਤਲਬ 15,000 ਰੁਪਈਆ 15-16 ਬਸ ਅਤੇ 15-16 ਹਜ਼ਾਰ ਦੇ ਵਿੱਚ ਤਾਂ ਇਸ ਟਾਈਮ ਕੋਈ ਗੁਜ਼ਾਰਾ ਨਹੀਂ ਹੈਗਾ ਹੈ ਨਾ ਖਾਣ ਪੀਣ ਦਾ ਰਾਸ਼ਨ ਨਹੀਂ ਘੱਟੋ ਘੱਟ 6-7 ਹਜ਼ਾਰ ਦਾ ਆ ਜਾਂਦਾ ਹੈ ਬੰਦੇ ਦਾ ਇਕੱਲੇ ਦਾ ਦੇਖਿਆ ਜਾਵੇ ਅਤੇ ਬਾਕੀ ਦੇ ਖਰਚੇ ਤੁਸੀਂ ਕਿਵੇਂ ਫਿਰ ਅਰੇਂਜ ਕਰਦੇ ਹੋ ਕਿਉਂਕਿ ਦਵਾਈਆਂ ਵੀ ਹੋਣਗੀਆਂ ਇਹਨਾਂ ਦੀਆਂ ਇਹਨਾਂ ਦੇ ਮੈਡੀਸਨਸ ਦਾ ਵੀ ਹੋਊਗਾ ਬਾਕੀ ਦਾ ਖਰਚ
ਕਿ ਮਤਲਬ ਤੁਹਾਨੂੰ ਦੱਸਿਆ ਕਿ ਜਿਵੇਂ ਪਹਿਲਾਂ ਜਿਵੇਂ ਥੋੜ੍ਹੀ ਬਹੁਤੀ ਮੇਰੀ ਹੈਲਪ ਹੋਈ ਸੀਗੀ ਤਾਂ ਉਹ ਕੁਛ ਹੋ ਕੁਛ ਮੈਂ ਆਪਣਾ ਕਰਕੇ ਮਤਲਬ ਉਹ ਰਲਾ ਮਿਲਾ ਕੇ ਮਤਲਬ ਹਲੇ ਕੰਮ ਚੱਲ ਰਿਹਾ ਧੀਰੇ ਧੀਰੇ। ਸੋ ਮੇਰੇ ਕਹਿਣਾ ਇਹੀ ਹੈ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ, ਮੇਰਾ ਮਕਸਦ ਇਸ ਸਟੋਰੀ ਦਾ ਇਹੀ ਸੀਗਾ ਕਿ ਇਹ ਬੱਚੇ ਬਹੁਤ ਟੈਲੈਂਟਡ ਨੇ, ਬੱਚਿਆਂ ਦੇ ਵਿੱਚ ਟੈਲੈਂਟ ਬਹੁਤ ਹੈ, ਪਰ ਕਿਤੇ ਨਾ ਕਿਤੇ ਇਹ ਪਿਤਾ ਜਿਹੜਾ ਆ ਕਮਜ਼ੋਰ ਪੈ ਜਾਂਦਾ ਆ। ਬੇਸ਼ੱਕ ਇਹ ਆਪਣੇ ਵੱਲੋਂ ਇਹਨਾਂ ਨੇ ਪੂਰੀ ਵਾਹ ਲਾਈ ਹੋਈ ਹੈ, ਪੂਰੇ ਜਿਹੜੇ ਨੇ ਮਿਹਨਤ ਇਹਨਾਂ ਦੇ ਕੰਮ ਕਰ ਰਹੇ ਆ। ਦੇਖ ਲਓ ਤੁਸੀਂ ਆਪ ਹਿਸਾਬ ਲਗਾ ਸਕਦੇ ਹੋ, ਦੋਨੋਂ ਬੱਚੀਆਂ ਘਰੇ ਇਕੱਲੀਆਂ ਹੁੰਦੀਆਂ ਨੇ, ਇਹ ਕੰਮ 'ਤੇ ਜਾਂਦੇ ਨੇ, ਪਿੱਛੋਂ ਬੱਚੀਆਂ ਦੀ ਦੇਖਭਾਲ ਜਿਹੜੇ ਇਹਨਾਂ 'ਤੇ ਕਿਰਾਏਦਾਰ ਕਰਦੇ ਨੇ, ਪਰ ਫਿਰ ਵੀ ਕਿਸੇ ਹੋਰ 'ਤੇ ਡਿਪੈਂਡ ਹੋਣਾ ਅਤੇ ਇੱਕ ਵਾਈਫ 'ਤੇ ਡਿਪੈਂਡ ਹੋਣਾ ਬਹੁਤ ਫਰਕ ਉਸ ਦੇ ਵਿੱਚ ਤੁਹਾਨੂੰ ਵੀ ਨਜ਼ਰ ਆਉਂਦਾ ਹੋਣਾ। ਮੈਮ ਜੋ ਮਾਂ ਹੈ ਉਹ ਤਾਂ ਮਾਂ ਹੀ ਹੁੰਦੀ ਹੈ, ਦੂਸਰਾ ਕੋਈ ਹੋਰ ਬਣ ਨਹੀਂ ਸਕਦਾ ਹੈਗਾ, ਪਰ ਹੁਣ ਕੀ ਕਰ ਸਕਦੇ ਹਾਂ, ਹੁਣ ਜੋ ਰੱਬ ਨੂੰ ਮਨਜ਼ੂਰ ਹੈ ਬਸ। ਇੱਕ ਸਵਾਲ ਬੜਾ ਮੈਂ ਪੁੱਛਣਾ ਚਾਹੂੰਗੀ, ਕਿਉਂਕਿ ਸਮਾਜ ਦੇ ਵਿੱਚ ਇੱਕ ਬੜੀ ਭੈੜੀ ਮਾਨਸਿਕਤਾ ਵਾਲੇ ਲੋਕ ਬਹੁਤ ਰਹਿੰਦੇ ਨੇ, ਹੈ ਨਾ, ਅਤੇ ਉਸ ਮਾਨਸਿਕਤਾ ਦੇ ਵਿੱਚ ਇਹ ਹੁੰਦਾ ਕਿ ਚੰਗੇ ਭਲੇ ਬੱਚਿਆਂ ਨੂੰ ਬੋਝ ਸਮਝ ਕੇ ਪਿੰਗਲਵਾੜੇ 'ਚ ਧਰਮਸ਼ਾਲਾ ਦੇ ਵਿੱਚ ਛੱਡ ਦਿੰਦੇ ਨੇ ਲੋਕ, ਤਾਂ ਮਾਂ ਬਾਪ ਨੂੰ ਵੀ ਛੱਡਣ ਲੱਗ ਗਏ ਨਾ, ਅਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਪਤਾ ਕੀ ਹੈ, ਮੇਰੇ ਜਿਹੜੇ ਬੱਚੇ ਹੈ ਮੈਂ ਇਹਨਾਂ ਨੂੰ ਬੇਟੀਆਂ ਦਾ ਅੱਜ ਤੱਕ ਕਦੀ ਨਹੀਂ ਸਮਝਿਆ, ਮੈਂ ਮੁੰਡਿਆਂ ਦੇ ਬਰਾਬਰ ਹੀ ਸਮਝਿਆ ਮੈਂ ਸਭ ਕੁਝ। ਹੁਣ ਮੇਰਾ ਸਭ ਕੁਝ ਇਹੀ ਹੈ, ਮੈਂ ਅੱਜ ਤੱਕ ਕਦੀ ਮਨ 'ਚ ਨਹੀਂ ਸੋਚਿਆ ਕਿ ਇਹਨਾਂ ਨੂੰ ਮੈਂ ਕਿਸੇ ਹੋਸਟਲ 'ਚ ਜਾਂ ਪਿੰਗਲਵਾੜੇ 'ਚ ਛੱਡਣਾ ਵਾ, ਜਿੱਦਾਂ ਉਦੋਂ ਚਾਹੇ ਮੈਨੂੰ ਨੌਕਰੀ ਛੱਡਣੀ ਪਵੇ ਇਹਨਾਂ ਲਈ, ਮੈਂ ਉਹ ਵੀ ਛੱਡ ਦੂੰਗਾ, ਲੇਕਿਨ ਇਹਨਾਂ ਨੂੰ ਬੱਚਿਆਂ ਨੂੰ ਆਪਣੇ ਤੋਂ ਮਤਲਬ ਕਦੀ ਦੂਰ ਨਹੀਂ ਕਰੂੰਗਾ। ਅਤੇ ਬਾਕੀ ਦੇਖੋ ਹਰ ਇੱਕ ਵਿਅਕਤੀ ਦੀ ਆਪਣੀ ਆਪਣੀ ਮਤਲਬ ਸੋਚ ਹੁੰਦੀ ਹੈ, ਆਪਣਾ ਆਪਣਾ ਹੁੰਦਾ ਵੈ, ਕਿਸੇ ਦੇ ਮੂੰਹ 'ਤੇ ਕੁਛ ਲਿਖਿਆ ਨਹੀਂ ਹੁੰਦਾ ਕਿ ਕਿਹੜਾ ਬੰਦਾ ਕੈਸਾ ਕਿਹੜਾ ਨਹੀਂ। ਇਸ ਕਰਕੇ ਮੈਂ ਤਾਂ ਹੁਣ ਬੱਚਿਆਂ ਨੂੰ ਆਪਣੇ ਕੋਲ ਹੀ ਰੱਖਣਾ, ਹੁਣ ਦੂਜਿਆਂ ਨੂੰ ਮਤਲਬ ਮੈਂ ਸਲਾਹ ਤਾਂ ਕੀ ਦੇਣੀ, ਹਰ ਇੱਕ ਦੇ ਅੱਜ ਕੱਲ੍ਹ ਬੰਦੇ ਹਰ ਮਤਲਬ ਆਪਣੀ ਜਗ੍ਹਾ 'ਤੇ ਹੁੰਦੇ ਆ, ਤਾਂ ਆਪਣੀ ਆਪਣੀ ਸੋਚ ਹੈ। ਫਿਰ ਵੀ ਮਤਲਬ ਇਹੀ ਕਹਿਣਾ ਕਿ ਬੱਚੇ ਆਪਣੇ ਬੱਚੇ ਹੋਣ ਚਾਹੇ ਮਾਂ ਪਿਓ ਹੋਣ, ਜਿਨ੍ਹਾਂ ਨੇ ਮਾਂ ਪਿਓ ਨੇ ਆਪਾਂ ਨੂੰ ਪਾਲਿਆ, ਅਗਰ ਆਪਾਂ ਉਹਨਾਂ ਨੂੰ ਛੱਡ ਦਈਏ ਤਾਂ ਅੱਗੇ ਜਾ ਕੇ ਰੱਬ ਨੂੰ ਕੀ ਮੂੰਹ ਦਿਖਾਣਾ ਕਿਸੇ ਜੀ। ਬਹੁਤ ਸੋਹਣੇ ਅਤੇ ਨੇਕ ਵਿਚਾਰ ਨੇ, ਅਤੇ ਇਸ ਪਿਤਾ ਦੇ ਜਜ਼ਬੇ ਨੂੰ ਸਲਾਮ ਜ਼ਰੂਰ ਬਣਦੀ ਹੈ ਬ੍ਰੇਕਿੰਗ ਨਿਊਜ਼ ਪੰਜਾਬ ਦਾ ਪੂਰਾ ਆਧਾਰ ਆ, ਅਤੇ ਸਾਡੀ ਟੀਮ ਪੂਰਾ ਤੁਹਾਡੇ ਜਜ਼ਬੇ ਨੂੰ ਸਲਾਮ ਕਰਦੀ, ਕਿਉਂਕਿ ਇੱਕ ਮਾਂ ਦੇ ਬਿਨਾਂ ਕਿੱਦਾਂ ਬੱਚੇ ਰੁਲ ਜਾਂਦੇ ਨੇ, ਅਸੀਂ ਦੇਖੀਆਂ ਨੇ ਵੀਡੀਓਜ਼, ਅਸੀਂ ਖੁਦ ਚਲਾਈਆਂ ਨੇ, ਪਰ ਇਸ ਪਿਤਾ ਨੇ ਉਹ ਚੀਜ਼ ਹੋਣ ਨਹੀਂ ਦਿੱਤੀ ਹੈ। ਮਾਂ ਬਾਪ ਦੋਨੋਂ ਬਣ ਕੇ ਜਿਹੜੇ ਬੱਚਿਆਂ ਨੂੰ ਪਾਲ ਰਹੇ ਨੇ, ਬੱਚੀਆਂ ਨੇ ਸਾਡੇ ਕੋਲ ਅਤੇ ਬਹੁਤ ਖੂਬਸੂਰਤ ਗਾਉਂਦੀਆਂ ਨੇ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਮੇਰੇ ਨਾਲ ਭਾਵਨਾ ਨੇ, ਅਤੇ ਉਹ ਪੀਹੂ ਹੈ, ਅਤੇ ਬਹੁਤ ਖੂਬਸੂਰਤ ਅਤੇ ਗੋਲੂ ਮੋਲੂ ਬਹੁਤ ਕਿਊਟ ਜਿਹੀਆਂ ਬੱਚੀਆਂ ਨੇ, ਅਤੇ ਐਂਡ ਜਿੰਨੀਆਂ ਕਿਊਟ ਨੇ ਨਾ ਓਨੀਆਂ ਹੀ ਟੈਲੈਂਟਡ ਵੀ ਨੇ। ਸੋ ਮੈਂ ਪੁੱਛੂੰਗੀ, ਪਹਿਲਾਂ ਭਾਵਨਾ ਤੋਂ ਪੁੱਛ ਰਹੀ ਹਾਂ ਮੈਂ, ਭਾਵਨਾ ਤੁਸੀਂ ਜਿਹੜੇ ਆ ਸਟੱਡੀ ਵੀ ਕਰਦੇ ਹੋ, ਹੈ ਨਾ, ਤੁਸੀਂ ਬਹੁਤ ਖੂਬਸੂਰਤ ਗਾਉਂਦੇ ਹੋ, ਸ਼ਬਦ ਗਾਉਂਦੇ ਹੋ, ਹੈ ਨਾ, ਤੁਹਾਡੇ ਨਾਲ ਪੀਹੂ ਵੀ ਸਾਥ ਦਿੰਦੇ ਨੇ, ਤੁਸੀਂ ਦੋਨਾਂ ਨੇ ਕਿਵੇਂ ਸ਼ੁਰੂ ਕੀਤੀ ਸੀ, ਤੁਹਾਨੂੰ ਕਿਵੇਂ ਲੱਗਿਆ ਵੀ ਮੈਂ ਗਾਉਣਾ ਚਾਹੁੰਦੀ ਹਾਂ? ਬਸ ਮਤਲਬ ਕਿ ਸ਼ੌਂਕ ਸੀਗਾ, ਢੋਲਕੀ ਮੈਂ ਘਰੇ ਸਿੱਖੀ ਸੀਗੀ, ਬੈਠਦੇ ਪਹਿਲਾਂ ਵਜਾਈ, ਫਿਰ ਬੈਠਦੇ ਵਜਾ ਵਜਾ ਕੇ ਫਿਰ ਢੋਲਕੀ ਘਰੇ ਸਿੱਖ ਲਈ। ਬਾਕੀ ਸ਼ੌਂਕ ਵੀ ਬਹੁਤ ਸੀਗਾ, ਫਿਰ ਬਾਕੀ ਹਰਮੋਨੀਅਮ ਮੰਮਾ ਸਿਖਾਉਂਦੇ ਸੀ ਮਾੜਾ ਮੋਟਾ, ਬਾਕੀ ਅਸੀਂ ਆਪ ਹੀ ਸਿੱਖਦੇ ਸੀਗੇ, ਤਰਜੇ ਬਣਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਤਾਂ ਹੌਲੀ ਹੌਲੀ ਕਰਕੇ ਥੋੜ੍ਹਾ ਬਹੁਤ ਸਿੱਖ ਰਹੇ ਸੀਗੇ। ਅਤੇ ਪੀਹੂ ਹਾਰਮੋਨੀਅਮ ਵਜਾਉਂਦੀ ਹੈ ਪੀਹੂ, ਹੈ ਨਾ, ਪੀਹੂ ਤੁਸੀਂ ਹਾਰਮੋਨੀਅਮ ਕਿਵੇਂ ਸਿੱਖਿਆ? ਹਾਰਮੋਨੀਅਮ ਪਹਿਲਾਂ ਤਾਂ ਮੈਂ ਉੱਥੇ ਮਿਊਜ਼ਿਕ ਕਲਾਸ 'ਚ ਮੰਮੀ ਨੇ ਮੈਨੂੰ ਫਿਰ ਕੀਤਾ, ਫਿਰ ਮਿਊਜ਼ਿਕ ਕਲਾਸ ਤੋਂ ਆ ਕੇ ਫਿਰ ਮੈਂ ਘਰ ਹਾਰਮੋਨੀਅਮ ਫਿਰ ਸਿੱਖਦੀ ਸੀਗੀ, ਫਿਰ ਥੋੜ੍ਹਾ ਥੋੜ੍ਹਾ ਮੰਮੀ ਫਿਰ ਮੋਬਾਈਲ 'ਤੇ ਦੇਖ ਦੇਖ ਕੇ ਹਾਰਮੋਨੀਅਮ ਦਾ ਫਿਰ ਸਾਨੂੰ ਸਿਖਾ ਲੈਂਦੇ ਹੁੰਦੇ ਸੀਗੇ। ਫਿਰ ਜਿੱਦਾਂ ਮੰਮਾ ਦੀ ਯਾਦ ਤੁਹਾਨੂੰ ਆਉਂਦੀ ਹੈ ਹੁਣ ਇਸ ਵੇਲੇ? ਹਾਂਜੀ ਹਾਂਜੀ, ਸਵੇਰੇ ਰਾਤ ਸਾਰਾ ਦਿਨ ਆਉਂਦੇ ਆ। ਅਤੇ ਫਿਰ ਤੁਸੀਂ ਮੰਮਾ ਪੁੱਛਿਆ ਨਹੀਂ ਕਦੇ ਪਾਪਾ ਨੂੰ ਵੀ ਮੰਮਾ ਆਉਣਗੇ ਕਿੱਦੋਂ ਆਉਣਗੇ ਕਿੱਥੇ ਆਉਣਗੇ, ਦੱਸਿਆ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਬਸ ਇਹੀ ਦੱਸਿਆ ਵਾ ਕਿ ਤੁਹਾਡੀ ਅੱਖਾਂ ਬਣ ਕੇ ਆਉਣਗੇ, ਉਹ ਵੀ ਜਲਦੀ ਜਲਦੀ, ਯਾਨੀ ਕਿ ਲੇਟ। ਬਹੁਤ ਸਹੀ ਦੱਸਿਆ ਉਹਨਾਂ ਨੇ, ਬਹੁਤ ਜਲਦ ਆਉਣਗੇ, ਅਤੇ ਫਿਰ ਅਸੀਂ ਦੁਬਾਰਾ ਤੁਹਾਡੇ ਕੋਲ ਆਵਾਂਗੇ, ਫਿਰ ਸਾਡੇ ਨਾਲ ਦੁਬਾਰਾ ਤੁਹਾਡੇ ਗੀਤ ਸੁਣਾਂਗੇ, ਪਰ ਉਸ ਤੋਂ ਪਹਿਲਾਂ ਸਾਨੂੰ ਇੱਕ ਸ਼ਬਦ ਜ਼ਰੂਰ ਸੁਣਾਓ, ਠੀਕ ਹੈ? ਤੁਸੀਂ ਦੋਨੋਂ ਇੱਕ ਵਾਰ ਜ਼ਰੂਰ ਸ਼ਬਦ ਸੁਣਾਓ ਸਾਨੂੰ। ਦੇਖ ਬਹਾਦਰ ਹਿੰਦ ਦੀ ਚਾਦਰ, ਹਿੰਦ ਦੀ ਚਾਦਰ, ਦੇਖ ਬਹਾਦਰ, ਦੇਖ ਬਹਾਦਰ, ਹਿੰਦ ਦੀ ਚਾਦਰ, ਹਿੰਦ ਦੀ ਚਾਦਰ, ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਡੁੱਬਦਾ ਧਰਮ ਬਚਾ ਲਿਆ, ਚਾਂਦਨੀ ਚੌਂਕ ਦੀ ਰੇ ਦੇ ਅੰਦਰ ਹੱਸ ਕੇ ਸੀਸ ਕਟਾ ਲਿਆ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਡੁੱਬਦਾ ਧਰਮ ਬਚਾ ਲਿਆ,
चांदनी चौक दिली दे अंदर हस किसी सकटा लिया तन श्री गुरु तेग बहादुर दुखी होए कश्मीरी पंडित जद पटने विच आए सतगुरु दे दरबार च आके रोए ते कुरलाए दुखी होए कश्मीरी पंडित जद पटने विच आए सतगुरु दे दरबार च आके रोए ते कुरलाए सुन के दुखां परी कहानी सुन के दुखां परी कहानी गुरु ने गल नाल ला लिया चांदनी चौक दिली दे अंदर हस के शीस कटा लिया तन श्री गुरु तेग बहादुर डुबदा धर्म बचा लिया चांदनी चौक दिली दे अंदर हस के शीस कटा लिया तन श्री गुरु तेग बहादुर कमाल आवाज़ है दूना दी ते बा कमाल जज्बा इस पिता दा बा कमाल सी ओह माँ जिन्हें के अपने बच्चियां नूं इन्ना खूबसूरत टैलेंट दे दिता ते वाकई बिल्कुल सही किया थोड़े पापा ने कि बहुत जल्द थोड़े मम्मा थोड़ी आइज बन के वापस आने गए ते साड़ी पूरी दुआ परमात्मा उस चीज़ नूं जरूर मनेगा ते आने वाले कुछ दिनों दे विच ही परमात्मा मेर करेगी तुसी बिल्कुल देखने लग जाओगे बिल्कुल ठीक हो जाना तेरी मम्मा ने थोड़ी आइज बन के जरूर वापस आना है ते मैं चाहूँगी कि जेड़े दर्शक देख रहे ने इस आवाज़ नूं जिन्हां ने सुनिया है इस पिता की कहानी नूं जिन्हां ने सुनिया है जिन्नी हो सकती है जो तुसी चाहुंदे हो इन्हां दी मदद कर सकदे हो मैं नहीं कहिंदी तुसी आ करो तुसी ओ करो ना ही परिवार ने कदे कहा पर मैं यही कहूँगी कि जिन्ना हो सके जो थोड़ा दिल करता है तो इन्हां बच्चियां नाल एक बार जरूर मुलाकात करके तो जरूर जाओ थोड़ा दिल तो रूह बहुत खुश होएगी एक बार उन्होंने मिल के जरूर जाना तो इन्हां दी जिहड़ी सिंगिंग है इन्हां दी रूह दे विचों निकली आवाज़ नूं ਤੁਸੀਂ ਕਿੰਨੇ ਕਿਸ ਤਰੀਕੇ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਤੁਹਾਡਾ ਇਹਨਾਂ ਦਾ ਨੰਬਰ ਜਿਹੜਾ ਹੈ ਉਹ ਫਲੈਸ਼ ਚੱਲ ਰਿਹਾ ਹੈ ਡਾਇਰੈਕਟ ਇਹਨਾਂ ਨੂੰ ਕਾਲ ਕਰਨਾ ਅਤੇ ਤੁਸੀਂ ਕਿਸੇ ਵੀ ਵੇਲੇ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਤੁਹਾਨੂੰ ਕਿਵੇਂ ਦੀ ਲੱਗੀ ਹੈ ਪੇਸ਼ਕਸ਼ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਨੂੰ ਕਰਮਜੀਤ ਕੌਰ ਤੋਂ ਇਜਾਜ਼ਤ ਤੁਸੀਂ ਦੇਖਦੇ ਰਹੋ ਬ੍ਰੇਕਿੰਗ ਨਿਊਜ਼ ਪੰਜਾਬ ਮੇਰੇ ਨਾਲ ਕੈਮਰਾਮੈਨ ਸੁਨ ਬਾਦਲ ਦੇਣ ਕੀ ਤੁਸੀਂ ਪਰੇਸ਼ਾਨ ਹੋ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਅਜਮੇਰੀ ਬਾਬਾ ਸੰਪਰਕ ਕਰੋ 98721 70721 ਖੋਇਆ ਪਿਆਰ ਵਾਪਸ ਪਾਓ 24 ਘੰਟੇ 'ਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ 'ਚ ਧੋਖਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬਿਮਾਰੀ 'ਚ ਦਵਾ ਨਾ ਲੱਗਣਾ ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਸੰਪਰਕ ਕਰੋ 98721 70721 ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਗੁਰੂ ਬਸ਼ੀਰ ਖਾਨ ਕਾਲ ਕਰੋ 98 154 60 154 ਪਤਾ ਲੁਧਿਆਣਾ ਹਰ ਪਰੇਸ਼ਾਨੀ ਦਾ ਹੱਲ ਪਾਓ 100% ਗਰੰਟੀ ਦੇ ਨਾਲ ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬੁਰੇ ਸੁਪਨੇ ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ ਇਟਸ ਮਾਈ ਪ੍ਰੋਮਿਸ ਗੁਰੂ ਬਸ਼ੀਰ ਖਾਨ 98 154 60 154